ਵੈਸੇ ਤਾਂ ਚਿੱਤ ਨਹੀਂ ਕਰਦਾ ਸੀ, ਬਤਰਾਜ ਦੇ ਇੰਨੇ ਸੋਹਣੇ ਵਚਨ ਹੋ ਰਹੇ ਸਨ ਅਤੇ ਸਤਿਗੁਰਾਂ ਦਾ ਜੋ ਬਖਸ਼ਿਸ਼ਾਂ ਦਾ ਵਰਣਨ ਕਰ ਰਹੇ ਸਨ, ਦਿਲ ਕਰਦਾ ਸੀ ਕਿ ਕਰਦੇ ਜਾਣ। ਸਤਿਗੁਰਾਂ ਦੀ ਅਪਾਰ ਬਖਸ਼ਿਸ਼, ਮੈਂ ਘੜੀ ਵੇਖ ਰਿਹਾ ਸਾਂ ਅਤੇ ਸਮਾਂ ਯਾਦ ਆ ਗਿਆ, ਲਗਭਗ ਇਹੀ ਸਮਾਂ ਸੀ 21 ਤਰੀਕ ਸਵੇਰੇ। ਕੋਈ ਸਾਹਿਬ ਮਹਾਰਾਜ ਹੋਣੀ ਵੀ ਬਾਬਾ ਜੀ ਦੇ ਕਮਰੇ 'ਚ ਇਸੀ ਵਕਤ ਗਏ ਅਤੇ ਇੱਕ ਬੀਬੀ ਰਜਿੰਦਰ ਨਗਰ ਰਹਿੰਦੀ ਹੈ, ਨਾਂ ਦਿਮਾਗ ਤੋਂ ਉਤਰ ਰਿਹਾ ਹੈ, ਗੁਰਚਰਨ ਉਹਨਾਂ ਦੇ ਘਰ ਦੇ ਸਾਹਮਣੇ, ਉਹ ਅਰਦਾਸ ਲੈ ਕੇ ਆਈ ਸੀ ਸੱਚੇ ਪਾਤਸ਼ਾਹ ਕੋਲ ਕਿ ਮੇਰੇ ਬੱਚੇ ਨੂੰ ਜੀਵਨ ਦਾਨ ਦਿਓ। ਅਤੇ ਕੁਦਰਤੀ ਤੌਰ 'ਤੇ ਸਾਹਿਬ ਮਹਾਰਾਜ ਹੋਣੀ ਗਏ ਅਤੇ ਪਿੱਛੇ ਦਾਸ ਵੀ ਜਦੋਂ ਅਰਦਾਸ ਹੋਈ ਤਾਂ ਲਗਭਗ ਇਹ 11 ਵਜੇ ਦਾ ਟਾਈਮ ਸੀ। ਉਹ ਸਮਾਂ ਚੇਤੇ ਆ ਗਿਆ, ਉਹ ਸਾਰੀਆਂ ਚੀਜ਼ਾਂ ਸਾਹਿਬ ਮਹਾਰਾਜ ਹੋਣੀ ਅੱਗੇ ਅਰਦਾਸ ਕਰ ਰਹੇ ਨੇ ਅਤੇ ਦਾਸ ਬਿਲਕੁਲ ਪਿੱਛੇ ਖੜ੍ਹਾ ਬਾਬਾ ਜੀ ਦੇ ਕਮਰੇ 'ਚ। ਉਹ ਬਿਲਕੁਲ ਅੱਜ ਵੀ ਉਸੇ ਤਰ੍ਹਾਂ ਸਾਫ ਨਜ਼ਰ ਆ ਰਿਹਾ ਅਤੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਨੇ ਅਤੇ ਉਹ ਬੱਚਾ ਅੱਜ ਵੀ ਸਲਾਮਤ ਹੈ, ਜਦਕਿ ਡਾਕਟਰਾਂ ਨੇ ਕਹਿ ਦਿੱਤਾ ਸੀ ਕਿ ਇਸ ਬੱਚੇ ਦਾ ਕੁਛ ਨਹੀਂ ਪਤਾ, ਬੱਚਾ ਪੜ੍ਹ ਲਿਖ ਕੇ ਬਹੁਤ ਕਾਬਲ। ਔਰ ਆਉਂਦੇ ਨੇ ਰੈਗੂਲਰ ਹਾਜ਼ਰੀਆਂ ਨੇ, ਮੈਂ ਮਾਈ ਦਾ ਨਾਂ ਭੁੱਲ ਗਿਆ, ਬਾਕੀ ਸਾਰੇ ਤੁਸੀਂ ਜਾਣਦੇ ਹੋ, ਪਵਿੱਤਰ ਕੌਰ ਜੀ ਸਾਡੇ ਕੋਲ ਆਉਂਦੇ ਨੇ, ਉਹਨਾਂ ਦੀ ਭਰਜਾਈ ਹੈਗੀ ਵੱਡੀ ਆਪਣੇ ਬੱਚੇ ਨੂੰ ਲੈ ਕੇ। ਲਗਭਗ ਇਹੀ ਟਾਈਮ ਸੀ ਅਤੇ ਸਤਿਗੁਰ ਸਾਹਿਬ ਮਹਾਰਾਜ ਹੁਣੀ ਅਰਦਾਸ ਬਾਬਾ ਜੀ ਦੇ ਕਮਰੇ 'ਚ ਕਰ ਰਹੇ ਸਨ, ਉਹ ਜ਼ਿਕਰ ਸਾਹਮਣੇ ਆ ਗਿਆ। ਅਤੇ ਇਹੀ ਜ਼ਿਕਰ ਹੋ ਰਿਹਾ, ਗੁਰ ਜੈਸਾ ਨਾਹੀ ਕੋ ਦੇਵ, ਅਤੇ ਇਹੀ ਸਮਝਾਇਆ ਸੱਚੇ ਪਾਤਸ਼ਾਹ ਨੇ ਸਦਾ ਜਦੋਂ, ਕਿਉਂਕਿ ਇਸ਼ਾਰਾ ਉਹਨਾਂ ਦਾ ਹਮੇਸ਼ਾ, ਕਦੇ ਗੱਲ ਹੋਵੇ ਦਿੱਲੀ ਵੀ ਕੋਈ ਜਾਵੇ ਤਾਂ ਇੱਕੋ ਗੱਲ ਕਹਿੰਦੇ ਸਨ, ਹਾਪੜ ਚਲੇ ਜਾਓ, ਪਲੰਗ ਸਾਹਿਬ ਹੈਗਾ, ਕਿਰਪਾ ਤਾਂ ਉਧਰੋਂ ਚੱਲ ਪੈਂਦੀ ਸੀ, ਲੇਕਿਨ ਆਪਣੇ ਆਪ ਨੂੰ ਉਹਨਾਂ ਨੇ ਸਾਹਮਣੇ ਕਦੇ ਪ੍ਰਗਟ ਨਹੀਂ ਕੀਤਾ। ਅਤੇ ਇਹ ਗੱਲਾਂ ਹੁਣ ਸਮਝ ਆਉਂਦੀਆਂ ਨੇ, ਪੜ੍ਹਿਆ ਵੀ ਲੇਕਿਨ ਕਹਿੰਦੇ ਨੇ ਉਸ 'ਤੇ ਅਮਲ ਨਹੀਂ ਕੀਤਾ। ਗੁਰੂ ਗੋਬਿੰਦ ਦੋ ਖੜੇ ਕਿਸ ਕੇ ਲਾਗੂ ਪਾਏ, ਬਲਿਹਾਰੀ ਗੁਰ ਆਪਣੇ ਜਿਨ ਗੋਬਿੰਦ ਦੀਆ ਮਿਲਾ। ਅਗਰ ਵਿਚਕਾਰ ਗੁਰੂ ਨਾ ਹੁੰਦਾ ਤਾਂ ਇਹ ਜ਼ਿਕਰ ਕਿਸ ਤਰ੍ਹਾਂ ਹੋਣਾ ਸੀ? ਇਹ ਬਖਸ਼ਿਸ਼ਾਂ, ਇਹ ਰਹਿਮਤਾਂ ਸੱਚੇ ਪਾਤਸ਼ਾਹ ਦੀਆਂ। ਇੱਕ ਮਕਾਨ ਇਹ ਨਹੀਂ ਕਿ ਇੱਥੇ, ਉਹ ਸਮਾਂ ਇੱਕ ਐਸਾ ਸੀ ਜਦੋਂ ਭਾਅ ਜੀ ਦਾ ਇਹਨਾਂ ਨੇ ਜ਼ਿਕਰ ਕੀਤਾ ਨਾ, ਤਾਂ ਲਗਭਗ ਉਸ ਦੌਰਾਨ ਤੁਸੀਂ ਵੇਖੋ ਸਤਿਗੁਰਾਂ ਨੇ ਸਾਹਮਣੇ ਪ੍ਰਗਟ ਨਹੀਂ ਕੀਤੀਆਂ ਗੱਲਾਂ। ਅਗਰ ਵੱਡੇ ਦੱਸਣੇ ਵਾਲੇ ਤੁਹਾਡੇ ਹੋਵਨ, 47 ਤੋਂ ਬਾਅਦ ਜਦੋਂ ਸਾਰੇ ਅਸੀਂ ਇੱਧਰ ਜਿਤਨੇ ਵੀ ਸਾਂ, ਹਾਲਤ ਸਾਰਿਆਂ ਨੂੰ ਪਤਾ ਹੈ, ਬੱਚਿਆਂ ਨੂੰ ਨਹੀਂ ਪਤਾ ਹੋਣੀ ਜਿਹੜੇ ਛੋਟੇ ਨੇ, ਜਿਨ ਅਸੀਂ 53 ਜਮੇ 6 ਸਾਲ ਪਹਿਲੇ ਪਾਰਟੀਸ਼ਨ ਹੋਇਆ ਸੀ, ਲੇਕਿਨ ਆਪਣਾ ਬਚਪਨ ਤਾਂ ਵੇਖਿਆ ਨਾ, ਅਤੇ ਉਹਨਾਂ ਦੀਆਂ ਗੱਲਾਂ ਭੁੱਲੀਆਂ ਨਹੀਂ ਸਨ ਉਹਨਾਂ ਨੂੰ, ਕਿਉਂਕਿ ਮਸਾਂ ਆਪਣੇ ਪੈਰਾਂ 'ਤੇ, ਸਿਰਫ ਪੈਰਾਂ ਆਪਣੇ ਜੋਗੇ ਹੋਏ ਸਨ ਕਿ ਚਲੋ ਰੋਟੀ ਖਾਣ ਨੂੰ ਮਿਲ ਗਈ, ਬੱਚਿਆਂ ਦੀ ਪਰਵਰਿਸ਼
ठीक तरह चल रही है, भला जमाना है, इस तरह दियाँ कोई खर्चे जरूरत भी साड़ियाँ नहीं सन। लेकिन गुरु की कृपा हुई, लगभग लगभग कोई एक दो परिवार छोड़ के सब की हालत खस्ताई सी, लेकिन सतगुरां ने ऐसी बख्शिश की, ऐसी बख्शिश की, मैं समझना कि कोई विरला होएगा जिसका मकान किराए का होएगा। तो गुरु महाराज ने फिर जदों भाजी नूं दिता ना, तो दास नूं इतना याद है लगातार इस महीने इनू मिल गया, उस महीने उन्हू मिल गया, उस महीने उन्हू मिल गया, लगातार निरंतर साल दो साल। तो इस तरह होता सी कि गुरु महाराज जी जिन भंडारे खोले ने ते मकान दुकाना संगतां नूं देंदे वे ने, ते फिर सारे आदमी असी इन चौक जांदे सी, इहदे कोल किधरों आ गया, इहदे कोल किधरों आ गया, ये आप अखां वेखियां ने गलां। और वह भी कहिंदे सन कि सतगुरां दी कृपा सी, मेरे कोल ते पैसा ही नहीं सी, लेकिन ये गल्लां हुण समझ आउंदियां। रात दे दीवान च भी जिक्र कीता सी, इस गल नूं कदे भी ना छुपाओ कि साडा असी अज तो 50 साल पहले की सा, 60 साल पहले की सा। जे आने वाली जनरेशन नूं इस चीज़ की कदर आवे, अगर उन्हां नूं तुसी ये कह रहे हो मैं कमाया तो फिर तुहाडी भुल है। ये जिहड़ी मैं है ना, ये तुहानू भी डुबोएगी तो आने वाली जनरेशन नूं भी डुबोएगी। तो अगर सच होएगा तुहाडे कोल, तो फिर जिहड़ी है ना आप डुबोगे तो ना बच्चे डुबनगे, क्योंकि बच्चों नूं भी पता होएगा कि ये बख्शिश किधरों चली, ये सतगुरां की कृपा किधरों आई, ये बख्शिश किस तरह चली, कि वड्डियां ने साढ़े की सतगुरां की सेवा की, सात संगत की सेवा की, जो उन्हीं वचन करते सन सतगुर सेवा राम जी। सतगुर भगवान दास साहब जी का पूरा बांदा सी ना, ते मीटिंगां पहले जदों होंदियां सन, अज तो तुसी सारे बच्चे बैठते हो। मैं ये भी गल 50 साल पुरानी कर रहा, तां बच्चे किसी गिनती च नहीं आते सन। अज जिहड़े तुसी 15 साल के बच्चे 20 साल के, उन्हें गिनती च नहीं आते सी, मीटिंगां वड्डे ही करते सन। वड्डे मीटिंगां करते सन, बच्चों का कोई मीटिंगां च काम नहीं होंदा सी। अज ते छोटा बच्चा जितना भी आ जाए जी आया नूं है, तो उहदे विच फिर सेवा लिखांदे सन, ते परिवार जिन्हां दे मन च गल होंदी सी उह अपने बच्चों की भी सेवा लिखा छड्डदे सन। ते उस टाइम सतगुर सेवा राम जी स्टेज पर भी बह के जदों कीर्तन करना, तो साखियां राही सुनांदे सन कि सतगुर भगवान दास साहब जी ने जदों पुरब होना, सतगुर संगता साहब जी का जिक्र करते सन, भगवान दास साहब जी का जिक्र सुनांदे सन कि सतगुर संगता साहब जी का गुरपुरब जदों सतगुर भगवान दास साहब जी मनांदे सन, तो वह कहते सन कि वह कहते सन बच्चो तुसी संगत की जदों सेवा करो ना, तो संगत विच सतगुर संगतें नूं ढूंढियो। तो उही गल फिर हुण सानू सतगुरां ने समझाई कि वह जिहड़े वचन करते सन हुण इन जापदा है कि सतगुर जितनी संगत आती है सतगुर भगवान दास साहब जी के प्यार आती है, तो तुसी सारे सतगुर भगवान दास साहब जी नूं ढूंढना है, तो सतगुर संगतां दी सेवा करो। तो उही गल्लां फिर सानू उही सिखाई जो मिली, तो हुण सानू की जापदा है कि संगत सतगुर सेवा राम जी का पुरब मनाउण आई है, तो असी इत्थे मिलने किनू आए हैं, दर्शन करने अपने मुरशद दे आए हैं ना। अज यादा जड़ियां सांझियां हो रही ने,
आप जी नाल जिक्र किया सी पहले भी कि सतगुर संगत साहब जी का इतिहास जदों पढ़ींदा है, सतगुर बालक सिंह साहब जी का इतिहास जदों पढ़ींदा है, तो ये ना जाणो वो विशेष दिन क्यों गिणींदे ने। दास ने उस टाइम भी बेनती की सी कि वो जड़े दिन 40 दिन होंदे ने, सानू विचकार 23 दिन तो सतगुर बालक सिंह साहब जी के दर्शन होंदे ने, तो 17 दिन सानू सतगुर संगता साहब जी नाल दर्शन देंदे ने। आप मालक, ये साखियां का मतलब यह है कि मालक आप खुद जिन्हों का हो रहा है, तो हुण भी अज असी मना रहे हैं साखियां, तो उन्होंने साखियां च वर्णन हो रहा सतगुर सेवा राम जी का, ये निरंतर 1 तरीक तो शुरू होया। तो यह ना मन च कदे भरम लियाना, 1 तरीक तो सतगुर जी साढ़े विच ने। ਤਨ ਤਨ ਸਤਿਗੁਰੂ ਸੇਵਾ ਰਾਮ ਸਾਰੇ, ਤੇ ਮਨ ਕਰਕੇ ਜਿਨ੍ਹਾਂ ਨੇ ਜੋ ਬੇਨਤੀਆਂ ਕੀਤੀਆਂ ਨੇ, ਅਰਦਾਸਾਂ ਕੀਤੀਆਂ ਨੇ, ਉਹ ਗੁਰੂ ਮਹਾਰਾਜ ਨੇ ਸੁਣੀਆਂ ਨੇ। ਸਾਡੇ ਤੇ ਸੋਚ ਛੋਟੀ ਹੈ, ਇਹ ਸਾਖੀ ਤੋਂ ਅਸੀਂ ਕੀ ਸਿੱਖਿਆ? ਜਿਹੜਾ ਨਿਚੋੜ ਨਿਕਲ ਕੇ ਆਇਆ, क्योंकि सानू सिर्फ उतनी लोड़ है जो साढ़े सामने है। मालक मकान ने कह दिया कि महीने 2 महीने खाली कर दो, तो सतगुरु जी कहते मैं आप देना चाहना मकान तुहानू। हुण गल च फर्क आ गया कि आदमी कहता है पैसे कोई नहीं, तो पैसे का प्रबंध किया ना सतगुरों ने, पैसे का प्रबंध होया ना। तो विद बनाने वाला भी आप है, सिर्फ सतगुरों के वचन मनने वाला कोई चाहिए है। ये ना कहना कि खाली हाथ काम नहीं होंगे, खाली हाथ भी काम होंगे ने। अंदर भंडारे पे रवन काम नहीं आते, सामने वाले ही कह दिंदा इहनूं तां देनी नहीं, दूसरे नूं मुफत दे देंगा, इहनूं नहीं देनी। ऐसा समा बन जाता है क्योंकि कृपा नहीं, तो बख्शिश आती है तो घर बुला के। ए, एक नहीं, दो नहीं, कितनियां साखियां करिए हो जी। असी सारे अपने अंदर झातियां मार लईए ना। दास तो शुरू तो ही कहिंदा साड़ी तो साइकल दी भी औकात नहीं सी। गुरु ने किधरों भंडारे भरे, केड़ी केड़ी एक सेवा उन्हें अपने थां पा लेती, तो साड़ियां झोलियां भर दित्तियां, सानू नहीं पता। असी कही असी कीता पता नहीं किस ते खुश होए। तो बस उन्हें खोल दिते, कोई उन्दे कोल कमी थोड़ी है किसी चीज़ की, लेकिन साढ़े कोल बख्शिश लैण दा ढंग होना चाहिए है। तो जिन्हों ढंग आ गया लैण दा, उस ते सतगुरां दी कृपा हो गई। तो सतगुरां दी कृपा हर किसी नूं मिल नहीं सकती। जिस ते गुरु महाराज त्रुट पे उसका काम होंदा है। तो गुरु दियाँ ऐसे कृपा बख्शिशा ये जड़ियाँ साखियाँ सुनिया ने, जेड़े असी भटके हुए हैं, जेड़े असी लाइन ते नहीं हाँ, उन्होंने सीधे रस्ते पाने वास्ते ही साखियाँ ने। एक साखी का जिक्र किया ना थोड़े दिन पहले, मन नहीं याद खुरजे भी जाना होया इत्थे कीता कि खुरजे कीता। परसों आए एक शायद मैनू नहीं ध्यान आ रहा कि दुखभाइनी साहब एक शरीर ऐसा आया बिल्कुल ओपरी बिलादरी का,
ਆਪਣੀ ਗੁਰਪੈਣ ਨਾਲ, ਅਤੇ ਉਹ ਭੋਗ ਪੈ ਚੁੱਕਿਆ ਹੈ। ਗੁਰ ਉਪਦੇਸ਼ ਦਾ ਪਾਠ ਵੀ ਪੜਿਆ ਗਿਆ, ਆਨੰਦ ਸਾਹਿਬ ਸਿਰਫ ਹੋਣਾ ਹੈ। ਇਹ ਕਹਿੰਦਾ ਮੇਰਾ ਚਿੱਤ ਕਰਦਾ ਹੈ ਕਿ ਮੈਂ ਕੁਛ ਸਟੇਜ ਦੇ ਉੱਤੇ, ਮੈਂ ਅੱਜ ਤੋਂ ਪਹਿਲੇ ਕਦੇ ਨਹੀਂ ਬੋਲਿਆ, ਮੈਨੂੰ 2 ਮਿੰਟ ਦਾ ਟਾਈਮ ਦਿਓ। ਇਹ ਹੁਣੀ ਪਿਛਲੇ ਐਤਵਾਰ ਦੀ ਗੱਲ ਹੈ ਜਿਹੜਾ ਬੀਤਿਆ। ਅਤੇ ਦਾਸ ਨੇ ਕਿਹਾ ਵੀ ਚਲੋ ਬੈਠੇ ਨੇ ਅਤੇ ਕੋਈ ਗੱਲ ਨਹੀਂ ਜੀ, ਲਓ ਆਪ ਜੀ ਟਾਈਮ। ਗੁਰੂ ਦੀ ਕਿਰਪਾ ਹੋ ਰਹੀ ਸੀ ਅਤੇ ਨਾ ਨਹੀਂ ਹੋ ਸਕੀ। ਚੌਧਰੀ ਪਰਿਵਾਰ ਦਾ ਜਾਟ ਬੰਦਾ ਕਹਿਣ ਲੱਗਾ ਕਿ ਆਪਕੋ ਮੈਂ ਕਿਆ ਬਤਲਾਊਂ ਕਿ ਤਾਰਿਆ ਜਹਾਨ ਹੀ ਸਿਰਫ ਉਹਨੂੰ ਕਹਿਣਾ ਆਉਂਦਾ ਕਿ ਇਸਕੀ ਕਿਤਨੀ ਮਹਿਮਾ ਹੈ। ਪੂਰੀ ਤਰ੍ਹਾਂ ਬੋਲ ਨਹੀਂ ਸਕਦਾ ਸੀ ਉਹ, ਲੇਕਿਨ ਕਹਿੰਦਾ ਸੀ ਕਿ ਤਾਰਿਆ ਜਾਨ ਕੀ ਕਿਤਨੀ ਮਹਿਮਾ, ਮੈਂ ਆਪਕੋ ਕਿਆ ਬਤਲਾਊਂ। ਇਹ ਸਤਿਗੁਰਾਂ ਨੇ ਸਾਨੂੰ ਦਿੱਤਾ ਨਾ, ਤਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਕਰੋਨਾ ਵਾਇਰਸ ਕੁਝ ਵੀ ਨਹੀਂ। ਅਗਰ ਤਾਰਿਆ ਜਾਨ ਪੜਦੇ ਹਾਂ ਤਾਂ ਨੇੜੇ ਨਹੀਂ ਆ ਸਕਦਾ, ਅੰਦਰ ਵੀ ਨਹੀਂ ਵੜ ਸਕਦਾ। ਉਹ ਕਹਿਣ ਲੱਗਾ, ਉੱਥੇ ਜ਼ਿਕਰ ਕਰਨੇ ਲੱਗਾ, ਕਹਿਣ ਲੱਗਾ ਜੀ ਉੱਥੇ ਉਹ ਬੱਚੀ ਜਿਹੜੀ ਨਾਲ ਆਈ ਸੀ, ਮੈਂ ਨਾਂ ਵੀ ਉਹਦਾ ਭੁੱਲ ਗਿਆ, ਸੋਨੀਆ, ਸੋਨੀਆ ਮੈਡਮ, ਸੋਨੀਆ ਮੈਡਮ ਦੇ ਨਾਲ ਮੇਰਾ ਥੋੜ੍ਹਾ ਬਹੁਤ ਤਲਕਾਤ ਨੇ, ਜਾਣ ਪਹਿਚਾਣ ਹੈ, ਅਤੇ ਕਿਸੇ ਕਾਰਨ ਅਸੀਂ ਮਿਲੇ ਅਤੇ ਮੇਰੀ ਕਮਰ ਵਿੱਚ ਬਹੁਤ ਜ਼ਿਆਦਾ ਦਰਦ ਹੋ ਗਿਆ, ਮੇਰੀ ਕਮਰ ਵਿੱਚ ਬਹੁਤ ਜ਼ਿਆਦਾ ਦਰਦ ਹੋ ਗਿਆ ਅਤੇ ਮੈਂ ਤੜਫ ਗਿਆ ਉਸ ਦਰਦ ਨਾਲ, ਅਤੇ ਮੈਨੂੰ ਸਮਝ ਨਹੀਂ ਆਇਆ ਕਿ ਮੈਂ ਕੀ ਕਰਾਂ। ਅਤੇ ਸੋਨੀਆ ਮੈਡਮ ਨੇ ਕਿਹਾ ਕਿ ਤਾਰਿਆ ਜਹਾਨ ਲਿਆ ਅਭਿਮਾਨ ਉਹਨੇ ਪੂਰਾ ਪੜ੍ਹਿਆ, ਤੂੰ ਇਹਨੂੰ ਪੜ੍ਹ। ਕਹਿੰਦਾ ਮੈਡਮ ਮੁਝੇ ਕੁਛ ਸਮਝ ਨਹੀਂ ਆ ਰਹੀ। ਆਪ ਕਿਆ ਕਹਿੰਦੇ, ਆਪ ਇਸਕੋ ਪੜ੍ਹੋਗੇ, ਇਸਕਾ ਰਟਨ ਕਰੋਗੇ ਤੋ ਆਪਕਾ ਦੁੱਖ ਦੂਰ ਹੋ ਜਾਏਗਾ। ਉਸ ਬੱਚੀ ਨੇ ਭਰੋਸੇ ਨਾਲ ਕਿਹਾ। ਉਹ ਕਹਿੰਦਾ ਮੁਝੇ ਆਪ ਵਟਸਐਪ ਕਰ ਦਿਓ, ਬੋਲ ਕੇ ਮੁਝੇ ਨਹੀਂ ਯਾਦ ਆ ਰਿਹਾ, ਕਿਉਂਕਿ ਪਹਿਲੀ ਵਾਰ ਕਿਸੇ ਕੋਈ ਤੁਸੀਂ ਆਪ ਜਾਣੋ ਕਿਸੇ ਨੂੰ ਪਹਿਲੀ ਵਾਰ ਸੁਣਿਆ ਹੋਵੇ, ਓਪਰੀ ਬਲਾਦਰੀ ਦਾ ਬੰਦਾ ਹੋਵੇ, ਅਤੇ ਉਹ ਕਹਿੰਦਾ ਕਿ ਕੀ ਕਹਿ ਰਹੇ ਨੇ। ਕਹਿੰਦਾ ਜੀ ਉਹਨਾਂ ਨੇ ਮੈਨੂੰ ਵਟਸਐਪ ਕੀਤਾ ਅਤੇ ਮੈਂ ਉਹਨੂੰ ਲਗਾ ਦਿੱਤਾ, ਉਹਨੂੰ ਮੈਂ ਸੁਣਿਆ 2-4-5 ਵਾਰੀ ਸੁਣਿਆ, ਅਤੇ ਮੈਨੂੰ ਇੰਝ ਮਹਿਸੂਸ ਹੋਇਆ ਕਿ ਮੇਰੇ ਕਮਰ ਦਾ ਦਰਦ ਕਿੱਥੇ ਚਲਾ ਗਿਆ, ਜਿਹੜਾ ਮੈਨੂੰ ਇੰਝ ਲੱਗਦਾ ਸੀ ਕਿ ਮੇਰੀ ਹੁਣੀ ਕਮਰ ਹੀ ਟੁੱਟ ਜਾਏਗੀ। ਕਹਿੰਦਾ ਮੇਰੇ ਗੱਲ ਵਿੱਚੋਂ ਆਈ ਗਈ ਹੋਗੀ ਗੱਲ। ਕਹਿੰਦਾ ਕੁਛ ਦਿਨ ਫਿਰ ਬੀਤੇ, ਕੁਛ ਦਿਨ ਫਿਰ ਬੀਤੇ, ਅਤੇ ਕਹਿੰਦਾ ਮੇਰੇ ਅੰਦਰ ਇੱਕ ਐਸੀ ਦਰਦ ਉੱਠੀ ਜਿਹੜੀ ਗਰਦਨ ਤੋਂ ਲੈ ਕੇ ਸਿਰ ਤੱਕ ਗਈ ਅਤੇ ਨਾਲ ਮੇਰੇ ਮੋਢੇ 'ਚ ਗਈ, ਅਤੇ ਮੈਨੂੰ ਇੰਝ ਲੱਗਿਆ ਕਿ ਮੇਰਾ ਸਿਰ ਜਿਹੜਾ ਹੈ ਹੁਣੀ 2 ਫਾੜ ਹੋ ਜਾਏਗਾ, ਅਤੇ ਮੇਰਾ ਕੰਧਾ ਜਿਹੜਾ ਨਾ ਟੁੱਟ ਕੇ ਸ਼ਾਇਦ ਲੱਗੀ ਨਾ ਹੋ ਜਾਏ। ਕਹਿੰਦਾ ਇਤਨੀ ਤਕਲੀਫ ਹੈ ਉਹਨਾਂ ਨੇ ਕਹੀ। ਕਹਿੰਦਾ ਇੱਕਦਮ ਧਿਆਨ ਆ ਗਿਆ ਅਤੇ ਸੋਨੀਆ ਮੈਡਮ ਨੂੰ ਫਿਰ ਮੈਂ ਫੋਨ ਕੀਤਾ, ਫੋਨ ਮਿਲਾ ਕੇ ਕਿ ਮੈਡਮ ਮੈਂ ਤਾਂ ਯਹਾਂ ਤੜਪ ਰਹਾ ਹੂੰ, ਉਹ ਆਪਨੇ ਕਿਆ ਬਤਲਾਇਆ ਥਾ, ਉਹ ਦੁਬਾਰਾ ਬਤਲਾਓ ਮੁਝੇ। ਅਤੇ ਉਹ ਬੱਚੀ ਅੱਗੋਂ ਕੀ ਕਹਿੰਦੀ ਹੈ, ਆਪਕੋ ਬ੍ਰਹਮਸਤਰ ਤੋਂ ਦਿਆ ਥਾ, ਆਪ ਉਸਕਾ ਇਸਤੇਮਾਲ ਕਰੋ, ਆਪਕੇ ਵਟਸਐਪ ਮੈਂ ਪੜ੍ਹਾ ਹੈ ਨਾ, ਭੁੱਲ ਗਏ ਕਿਆ। ਕਹਿੰਦਾ ਫਿਰ ਯਾਦ ਆ ਗਈ ਗੱਲ, ਵਟਸਐਪ ਖੋਲ੍ਹ ਕੇ ਉਹ ਕੱਢ ਲਿੱਤਾ। ਕਹਿੰਦਾ ਉਹਨੂੰ ਮੈਂ ਚਲਾਇਆ, 2-4 ਮਿੰਟ ਹੀ ਸੁਣਿਆ ਹੋਣਾ, ਅਤੇ ਮੈਨੂੰ ਨਹੀਂ ਪਤਾ ਚੱਲਿਆ ਮੇਰਾ ਸਿਰ ਦਾ ਦਰਦ ਕਿੱਥੇ ਗਿਆ ਅਤੇ ਮੇਰੇ ਮੋਢੇ ਦਾ ਦਰਦ ਕਿੱਥੇ ਗਿਆ। ਅਤੇ ਮੈਂ ਤਾਂ ਫਿਰ ਉਸ ਦਿਨ ਮਹਿਸੂਸ ਕੀਤਾ, ਉਹਨਾਂ ਨੇ ਜਿਹੜੀ ਗੱਲ ਕੀਤੀ ਕਿ ਬ੍ਰਹਮਸਤਰ ਦੇ ਦਿਆ ਹੈ ਆਪਕੋ, ਅਤੇ ਕਹਿੰਦੇ ਇਹ ਜਿਹੜੀ ਚੀਜ਼ ਹੈ ਇਤਨੀ ਕਮਾਲ ਦੀ ਹੈ। ਉਹ ਇੱਕ ਅਣਜਾਣ ਬੱਚਾ ਕਹਿੰਦਾ ਮੈਂ ਇਸ ਦਰ 'ਤੇ ਪਹਿਲੀ ਵਾਰ ਆ ਰਿਹਾ, ਮੇਰੇ ਕੋਲੋਂ ਰਿਹਾ ਨਹੀਂ ਗਿਆ,
मेरा चित किया कि मैं उत्थे जरूर धन्यवाद करने जावा, तो उत्थे वो फिर धन्यवाद करने मोती उत्थे दुखभाइनी साहब आया, तो कहिंदा मेरे कोलो रहा नहीं गया, मैं बोलना भी नहीं आता, तो कहिंदा जो इतनी मेरे से बख्शिश हो गई तो कहिंदा मैं मिलिट्री विच काम करना 22 साल मैं हुण छोड़ दी है मैं नौकरी, मैं 22 साल मिलिट्री नौकरी की है, तो मेरी जड़ी नौकरी है वह सैचिन जड़ा कहते पहाड़ी इलाका है जिते साल के 12 महीने बर्फ जमी रहती है, तो माइनस 30-40 डिग्री टैंपरेचर चला जाता है, उत्थे मेरी पोस्टिंग हो गई, उत्थे पोस्टिंग मेरी हो गई, तो कहन लगे तैनू उत्थे शराब पीनी पेगी नहीं तो तू जी ही नहीं सकता, ये इत्थे दी जरूरत है, दवाई है, तो कहिंदा साढ़े परिवारां इत्थे ये चीज़ है नहीं सी, लेकिन उत्थे दा जदों माहौल वेख्या तो पीनी पै गई, तो कहिंदा पीनी पै गई तो आदत लग गई, कहिंदा नाल खाना भी शुरू हो गया, कहिंदा उत्थे संगत इहो जी मिली कि गुटका भी मसाले भी जो होंदे ने सारियां भैड़ियां आदतां कहिंदा उत्थे पै गईयां, हुण 22 साल दी नौकरी है मेरी, कहिंदा कितने साल मैं खाधी, जदों मेरे नाल ये घटना घटी तां तक मैं खांदा सी, कहिंदा कहिंदा जदों नाल ये कहिंदा मेरे मन च आई कि इहदे विच गुरु उपदेश विच जिहड़ा इह कहिंदे ने ब्रह्मास्त्र इतनी ताकत है, मैं इहदा रटन करां ते की मेरी शराब नहीं छुट सकती, कि मेरा मास नहीं छुट सकता, कहिंदा मैं गुरु महाराज दे चरणा ते यकीन करके मैं तारिया जान नूं रटन शुरू कर दिता, ते कहिंदा अज तुसी यकीन जाणो जिहड़ी आदत इतनी पुरानी सी वह मेरे तो दूर हो गई, अज मेरे सामने शराब आती है तो मैं इंज लगता उल्टी आती है, मेरा दिल भी नहीं करता वेखने नूं, कहिंदा मैं उहदे नेड़े नहीं जाता, शराब भी मेरी छुट गई, होर माड़ियां आदतां जो लगियां सन वो सारियां छुट गईयां इस गुरु उपदेश दे सदके, इस नूं इतना सस्ते च ना लो, ये जीवन सवारने वाली है, ये दवा है, ये बख्शिशां सतगुरां दियां, जदों किसी अनजाण बंदे तो सुनदा है ना तो फिर समझ आती है कि इस चीज़ की की वैल्यू है, तो अगर आप जी ने उस बंदे को उस टाइम जड़ी संगत ने सुनी है, अगर इधर कोई बैठा है तो उन्हें उस टाइम जो महसूस किया होगा मैं नहीं दस सकना, कि कहन जिन रोंगटे खड़े हो जाते आदमी वो गल हो गई कि भई सतगुरां दी इतनी बख्शिश, जिस तरह बतराई ने कहा ना कृपा जदों नाल होवे मन करके, पाजी ने कह दिता ना वरियां ते असीं रोज करने हैं कई बार घर बैठे हैं, लेकिन सतगुरां दा अज वचन होया ना, कहिंदे जदों गुरु महाराज की कृपा नाल चाहीदी है, जदों कृपा हो जाए सतगुरां दी ते फिर वो बख्शिश तां चलती है, ते गुरु दे इत्थे आया ही सारियां नूं तारने वास्ते, वे असी ये कहिए कि गुरु साढ़े तक सीमित है, ये साड़ी पुल है, ना उन्होंने हिंदू का फर्क रखिया ना मुसलमान का फर्क रखिया, पैसा वैसा तो सतगुरां वास्ते बड़ी छोटी चीज सी, असी सारे मौजा मार रहे हैं, जीवन दान देना हर किसी के वास दी नहीं, क्योंकि गुरु महाराज नूं जिन्हें प्रतक रब करके मनिया हो फिर कहते रब तो गुरु च कोई फर्क नहीं है, तो मौत के मूँह चो भी सतगुरां कोलों वेख्या, ये जड़ी राती साखी की थी सी
वो फुल की सी सतगुरों की बख्शिश ही सी ना, जिन्हों डॉक्टर ने निराश कर दिता तो जीवन दान मिले। रात वाली साखी नूं मैं पूरा नहीं कर रहा। होर इस तरह अगर करिए, जिन्होंने अपने सतगुरों के वचन पर भरोसा किया, क्योंकि सदा हुण गल इक्को ही आ रही है कि साढ़े अंदर अगर कमी है तो वह भरोसे की है, सिदक की है, तो असी भरोसा बनाना है। असी भरोसे की गल कर रहे हैं। जगदीश लाल जी कानपुर वाले पत्थरी का ऑपरेशन होना सी। जगदीश लाल जी का डॉक्टर को डेट ले ली थी, तरीक आ गई, हस्पताल जान लगे ते अपने बच्चे सारे जानते हो जीनियस जी नूं जितेंद्र पापा ही उहदे कहण लगे बच्चे एक गलती हो गई है। डॉक्टर ने एक्सरे वगैरह सब कटा लेते हैं, क्या जी फलानी तरीक नूं ऑपरेशन करवाण आ जाना। कहण लगा बच्चे एक गलती हो गई, कोई भी काम अज तक सतगुरां दी कोल बेनती कीतियां बगैर कदे नहीं गए, तो ये तो ऑपरेशन है तो छोटा जिहा काम भी होंदा तो सतगुरां दी इजाजत लैने आ। तो डॉक्टर नूं कहता जी ऑपरेशन अज नहीं कराना, ऑपरेशन एक दिन बाद या दो दिन बाद करावांगे, तू बच्चे चला जा मेरा संदेशा लैके सतगुरां कोल, तो सतगुरां दे चरणां च बेनती रख दे। बच्चा तुर पिया उधरों गड्डी तो दिल्ली पहुँचया, तो सच्चे पातशाह दे चरणां च बेनती कीती कि इंज पिता जी का दो दिन बाद ऑपरेशन है, तो पिता जी ने बेनती भेजी है आप जी कृपा करो। कहन लगे भी की है जगदीश लाल नू? कहन लगे जग पापा जी नू पत्थरी हो गई है। तो सहज सुभा कहता कहते पत्थरी हो गई है, इधर तो वड़े वड़े पत्थर भी निकल जाते हैं, पत्थरी की चीज़ है। इतने वचन सतगुरा ने किते तो इजाजत लैके बच्चा वापस आ गया। घर पहुँचया तो हुण जगदीश लाल जी पुछदे कि सतगुरा ने की किया। कहिंदा जी बेनती कीती सी तो सतगुरा ने कहा चिंता करने की लोड़ नहीं है, तो पत्थरी है वड़े वड़े पत्थर भी निकल जाते हैं। कहन लगे चल फिर काम हो गया। हुण जदों ऑपरेशन टेबल ते लिटा दिता गया तो डॉक्टर के मन में एक बार फिर शंका आई कि भई पत्थरी वेखा अपनी जगह ते वे हिलते नहीं गई ऑपरेशन करने तो पहले, मैं जरा चेक कर लवा। हुण वो एक्सरे करता है तो पुराने एक्सरे नूं मिलांदा है तो नवे नूं मिलांदा है तो पत्थरी नहीं लभ रही उन्हें। अपनी उन्हें पूरी तसली करके तो कह दिता भाई साहब आप जाओ। कहता क्यों? कहता ऑपरेशन किसका करूं, पत्थरी तो है ही नहीं। उन्होंने फिर ये भी नहीं कि बाद कदे पत्थरी की लोड़ अरदास जो की उन्होंने कदे उन्होंने अखीरले टाइम तक कदे ऑपरेशन कराने की नौबत आई हो। तो ये चीज़ा ये बख्शिशा एक वचन सिर्फ सतगुरां दा सहज सुभाए, वचन मुँह तो निकल गया उन्होंने मुख तो वचन जड़ा निकल गया सतगुरां दे असी नहीं समझ सकते। यही पत्थरी दी एक और साखी, दिल्ली साड़ा बच्चा कैमिस्ट की दुकान है उन्होंने सतनाम सिंह गुरुद्वारा मजनूगा टेला दे सामने, यह भी एक दिन इसी तरह आ गया। शाम नू साहब महाराज होनी चाह पी रहे ने, मूड़े ते बैठे ने, सारे ध्यान आ गया होना, नक्शा खिंच गया होना,
ते साहब महाराज उन्होंने कोल आके आया ते बड़ी परेशानी विच कहिंदा सच्चे पातशाह कृपा करो पहले ऑपरेशन करा ओ एक्सरे कराया सी ते डॉक्टर कहिंदा समझ नहीं आ रही ते कलर्ड एक्सरे कराओ अजकल ते एमआरआई और सीटी स्कैन हो गई ने कलर्ड एक्सरे कराओ ते कहिंदा इहदे च पत्थरी निकल आई है ते आप जी कृपा करो साहब महाराज हुणी हुण चाह पी रहे ने कहण लगे लै सतनाम सिंह तुम ही चाह पी लै सतनाम सिंह अगो की कहिंदा सच्चे पातशाह मैं ते कदे अज तक चाह नूं चख्या भी नहीं मैं चाह नूं अज तक कदे चख्या भी नहीं चाह कदे पीती नहीं कहण लगे अज दवाई समझ के पी लै कहण लगा जदों सतगुरां ने इतने वचन कीते अज दवाई समझ के पी लै ते मैं कह चलो जी ते कहिंदे अपने हत्थां नाल सतगुरां ने चाह दित्ती मैनूं मैं चाह पीती ते कहिंदे हस्पताल पहुंचिया डॉक्टर ने एक्सरे जड़ा कढ़िया ते फिर उत्थे ही ओही गल आ गई कि इहनूं मैच किस तरह कीता जाए जे सही जगह ते उत्थे भी फिर यही सतगुरां दे वचन सन कहिंदा आपके अंदर पत्थरी तो है नहीं ऑपरेशन मैं किस चीज़ का करूँ तो ये तो गुरु जदों कृपा कर देवे कहिंदे ना जिथे डॉक्टरां दी भी पढ़ाई खत्म हो जाती है उत्थे सतगुरां दी शुरू होंदी है तो गुरु दियां असीं इत्थे बख्शिशां लैण आए हां ना माया की कमी छोड़ी ना शरीर की कमी छोड़ी हुण इस गल नूं समझ लईए कि इहदे पिछे राज की हैगा ते सतगुरां ने सानू चिट्टा बाणा भी दिता पिछला जीवन जाणदे सन एक एक दे बारे च कि साडा जीवन की है पिछला लेकिन हालात नूं मुख रख के उन्होंने उस ते भी पर्दे पा दिते किसी नूं नहीं विचारिया कि पिछला कौन सी तू की सी की खांदा सी की पींदा सी की करदा सी सब दे उत्ते लकीरां मार दित्तियां ते बख्शिश की कीती कि इत्थे वर्नियां शुरू करा दित्तियां ते जदों वर्नियां शुरू कराइयां ते सारे असीं औगणां दे भरे होए सां सारे सब कम होंदे सन खाने पीने दे इलावा भी होर बहुत कुछ कम करदे सन सारे लेकिन सतगुरां ने कहा वारी ते बत्रा जी ते साहब महाराज हुणी कहण लगे सच्चे पातशाह नाम लिखाण वाला ते कोई है नहीं कहण लगे कोई गल नहीं एक तू ते एक मैं दो ते है गया ना बाकी देखने आ फिर की हुंदा अज वेखो बत्रा जी जिक्र कर रहे सन एक एक घंटे की वारी चलती सी घंटे की अद्धे रह गई पंजवें हफ्ते च वारियां लिखणियां शुरू हो गई तो उस तो बाद भी वारी नहीं हैगी तो आके संगत बह जाती है प्यारी शायद कोई अरदास करके बहुत अज कोई गैर आ जाओ रह जाए तो मेरी किस्मत का फाटक खुल जाए तो मैनू वारी मिल जाए तो सबनों एकदम प्योर कर देता सब की सफाई हुई साड़ी ते सतगुरु जी सफाई क्यों कीती इस गल नूं असीं समझिए कि वह जो समझाना चाहते सन कि जीवन विच बाहर गंदगी बहुत है फिर जदों 2000 विच जिस गल का जिक्र चलिया बत्रा जी ने भी शुरू किया तारिया जान का सारा इतिहास इन्हें सुनाया तो उस टाइम सतगुरां दे वचन सन जिहड़े माता जी नाल होए शुक्रवार दे दिन जिस दिन माता जी कीर्तन करके आए बाहर भोग पैन तो बाद कहन लगे तुहानू चेत नहीं करता कि बाहर भी कोई बैठा होएगा अंदर तुसीं ते कीर्तन च मस्त रहिंदे हो बाहर जिहड़ा बैठा उहदी भी फिकर कर लिया करो तो उस टाइम उन्होंने शुक्रवार वाले दिन जिक्र किया कि यह एक चीज़ लै लो संगतां दे कम आएगी आने वाला समा बहुत भारी हैगा हुण पारी की हैगा ये वो मालक जाने ते ता अद्धा ही आया सी
ਜਿੰਨੀ ਤੁਧਨੂੰ ਧਨ ਕਿਹਾ ਤਿੰਨ ਜਾਮਨੇ। ਅਤੇ ਸ਼ਬਦ ਬਾਅਦ ਵਿੱਚ ਪੂਰਾ ਹੋਇਆ ਲਗਭਗ 6 ਮਹੀਨੇ ਬਾਅਦ ਜਾਂ 9 ਮਹੀਨੇ ਬਾਅਦ, ਜਦੋਂ ਸਾਡੇ ਗੁਰਪੁਰਬ ਦੇ ਉਸ ਸਾਲ ਇਸ਼ਤਿਹਾਰ ਛਪੇ ਸਨ। ਉਸ ਤੋਂ ਪਹਿਲੇ ਮੈਨੂੰ ਜਿੱਥੇ ਤੱਕ ਯਾਦ ਆ ਰਿਹਾ ਹੈ ਅਤੇ ਇਸ਼ਤਿਹਾਰ ਉੱਤੇ ਹੀ ਪੂਰਾ ਸ਼ਬਦ ਇਹ ਲਿਖ ਕੇ ਆਇਆ ਸੀ, ਤਾਰਿਆ ਜਹਾਨ ਲਿਆ ਅਭਿਮਾਨ ਜਿੰਨੀ ਦਰਸ਼ਨ ਪਾਇਆ ਜਿੰਨੀ ਤੁਧਨੂੰ ਧਨ ਕਿਹਾ ਤਿੰਨ ਜਮ ਨੇੜਨਾ। ਇਹ ਮੈਨੂੰ ਕੁਛ ਇਸ ਤਰ੍ਹਾਂ ਯਾਦ ਆਇਆ ਕਿ ਇਸ਼ਤਿਹਾਰ ਉੱਤੇ ਪਹਿਲੇ ਸਾਲ ਫਿਰ ਲਿਖਿਆ ਆਇਆ ਸੀ ਅਤੇ ਉਸ ਟਾਈਮ ਇਹ ਪੰਕਤੀਆਂ ਪੂਰੀਆਂ ਸ਼ਬਦ ਲਿਖ ਕੇ ਕੀਤਾ ਅਤੇ ਫਿਰ ਸੰਗਤਾਂ ਨੂੰ ਇਹ ਦਿੱਤੇ ਗਏ। ਪਹਿਲੇ ਇਤਨਾ ਹੀ ਚੱਲਦਾ ਰਿਹਾ 8-9 ਮਹੀਨੇ, ਜਿੰਨੀ ਤੁਧਨੂੰ ਧਨ ਕਿਹਾ ਤਿੰਨ ਜਮ ਨੇੜਨਾ। ਇਹ ਬਾਅਦ ਵਿੱਚ ਪੂਰਾ ਹੋਇਆ, ਫਿਰ ਉਸ ਤੋਂ ਬਾਅਦ ਇਹ ਰਿਟਰਨ ਵੀ ਬਾਅਦ ਵਿੱਚ ਹੋਇਆ ਗੁਰੂ ਉਪਦੇਸ਼ ਦਾ। ਇਹ ਸਤਿਗੁਰਾਂ ਦੀਆਂ ਬਖਸ਼ਿਸ਼ਾਂ, ਇਹ ਤਾਂ ਸਮਝ ਨਹੀਂ ਆਉਂਦਾ ਕਿ ਆਦਮੀ ਸ਼ੁਰੂ ਕਿੱਧਰੋਂ ਕਰੇ ਅਤੇ ਖਤਮ ਕਿੱਧਰ ਕਰੇ। ਕਹਿੰਦੇ ਨਾ ਕਿ ਬਹੁਤ ਸਾਰੀਆਂ ਚੀਜ਼ਾਂ ਅੱਗੇ ਪਈਆਂ ਹੋਣ ਅਤੇ ਆਦਮੀ ਨੂੰ ਕਹੋ ਵੀ ਤੂੰ ਚੁਣ ਇੱਕ, ਅਤੇ ਆਦਮੀ ਕਹਿੰਦਾ ਵੀ ਮੈਨੂੰ ਤਾਂ ਸਮਝ ਨਹੀਂ ਆ ਰਿਹਾ, ਮੈਂ ਤਾਂ ਚੱਕਾ ਚੌਂਹ ਦਿੱਤੀਆਂ ਸਾਰੀਆਂ ਬਖਸ਼ਿਸ਼ਾਂ। ਇੱਕ ਜ਼ਿਕਰ ਆ ਗਿਆ ਆਪਣਾ ਹੀ ਸਹੀ ਭਾਵੇਂ, ਬਹੁਤ ਪੁਰਾਣੀ ਗੱਲ, ਬਚਪਨਾ ਸੀ, 74 ਦੀ ਗੱਲ ਹੋਣੀ ਹੈ ਲਗਭਗ। ਸ਼ੈਤਾਨੀਆਂ ਤਾਂ ਬਚਪਨ ਵਿੱਚ ਬਹੁਤ ਕੀਤੀਆਂ, ਸਾਰਿਆਂ ਨੂੰ ਪਤਾ, ਸਾਰੇ ਜਾਣਦੇ। ਪੇਪਰ ਦੇਣ ਜਾ ਰਹੇ ਸਾਂ, ਸ਼ਾਇਦ 74 ਵੀ ਨਹੀਂ 72 ਦੀ ਗੱਲ ਹੋਣੀ, ਸ਼ਾਇਦ ਫਸਟ ਈਅਰ ਦੇ ਹੀ ਪੇਪਰ ਸਨ। ਅਤੇ ਸਾਰਾ ਸਾਲ ਤਾਂ ਕੰਮ ਵਿੱਚ ਰਹਿੰਦੇ ਸਾਂ, ਪੜ੍ਹਾਈ ਕਰਨੇ ਚਿੱਤ ਨਹੀਂ ਲੱਗਦਾ ਸੀ, ਇਹ ਸੱਚਾਈ ਹੈ। ਅਤੇ ਜਗਦੀਸ਼ ਲਾਲ ਡੰਗ ਦਿੱਲੀ ਰਹਿੰਦਾ ਅਤੇ ਦਾਸ ਦੋਨੋਂ ਇਕੱਠੇ ਪੜ੍ਹਾਈ ਕਰਦੇ ਸਾਂ, ਅਤੇ ਬੀ ਕੌਮ ਸਾਡੀ ਸੀ ਅਤੇ ਬੀ ਕੌਮ ਦੇ ਪੇਪਰ ਕੋਰਸਪੋਂਡੈਂਸ ਕੋਰਸ ਤੋਂ ਕੀਤਾ ਹੈ। ਅਤੇ ਪੇਪਰ ਦੇਣ ਜਾਣ ਲੱਗੇ ਅਤੇ ਕਹਿੰਦਾ ਸਾਰੇ ਸਾਲ ਤਾਂ ਪੜ੍ਹਿਆ ਨਹੀਂ ਅਤੇ ਪੇਪਰ ਕੀ ਦੇਈਏ। ਅਤੇ ਹੁਣ ਸਾਰੀ ਰਾਤ ਕਹਿਣ ਲੱਗਾ ਚੱਲ ਕਾਗਜ਼ ਬਣਾਉਂਦੇ ਹਾਂ। ਬਈ ਸਿੱਧੀ ਹੀ ਗੱਲ, ਉਹ ਜ਼ਮਾਨੇ ਚੱਲਦੇ ਸਨ, ਕਿਉਂਕਿ ਸੱਚੀ ਜਗ੍ਹਾ 'ਤੇ ਬੈਠੇ ਹਾਂ ਅਤੇ ਸੱਚੀ ਗੱਲ ਹੀ ਕਰਨੀ, ਕਾਗਜ਼ ਬਣਾਉਂਦੇ ਹਾਂ। ਕਾਗਜ਼ ਬਣਾਉਂਦੇ ਰਹੇ ਕਿ ਵੀ ਇਹਨਾਂ ਕਾਗਜ਼ਾਂ ਸਾਰੇ ਕੁਝ ਚਲਾਵਾਂਗੇ ਅਤੇ ਸ਼ਾਇਦ ਕੁਝ ਕੰਮ ਹੋ ਜਾਏ। ਹੁਣ ਕਾਗਜ਼ ਬਣਬ ਕੇ ਜੇਬ ਵਿੱਚ ਪਾਏ, ਹੁਣ ਪੇਪਰ ਦੇਣ ਦੀ ਵਾਰੀ ਆਈ, ਜਾਣ ਲੱਗੇ, ਮੱਥਾ ਟੇਕਿਆ ਸਾਹਿਬ ਮਹਾਰਾਜ ਉਹਨਾਂ ਕੋਲੋਂ। ਸਾਹਿਬ ਮਹਾਰਾਜ ਨੂੰ ਕਿਹਾ ਜੀ ਇਜਾਜ਼ਤ ਦਿਓ ਜੇ ਪੇਪਰ ਦੇ ਆਈਏ। ਕਹਿਣ ਲੱਗੇ ਪਾਸ ਹੋਣਾ ਜੇ, ਹਾਂਜੀ। ਕਹਿੰਦੇ ਫਿਰ ਉਹ ਪਰਚੀਆਂ ਸਾਰੀਆਂ ਇੱਥੇ ਕੱਢ ਜਾਓ। ਉਹ ਸਾਰੀਆਂ ਪਰਚੀਆਂ ਇੱਥੇ ਕੱਢ ਜਾਓ, ਸਾਹਿਬ ਮਹਾਰਾਜ ਉਹਨਾਂ ਨੇ ਵਚਨ ਕਰ ਦਿੱਤੇ। ਹੁਣ ਵੇਖਦੇ ਹਾਂ ਐਗਜ਼ਾਮਿਨਰ ਨੇ ਕੀ ਪਕੜਨਾ ਸੀ, ਪਹਿਲਾਂ ਹੀ ਪਕੜ ਗਏ, ਕੱਢ ਦਿੱਤੀਆਂ ਜੀ ਸਾਰੀਆਂ। ਹੁਣ ਚਲੇ ਗਏ ਹਾਂ, ਚਲੇ ਗਏ ਅਤੇ ਆਪਸ ਵਿੱਚ ਗੱਲ ਕਰ ਰਹੇ ਹਾਂ, ਕਹਿੰਦੇ ਆਉਂਦਾ ਤਾਂ ਕੁਝ ਹੈ ਨਹੀਂ ਅਤੇ ਪੇਪਰ ਕੀ ਦੇਣ ਜਾਣਾ ਹੈ। ਰਸਤੇ 'ਚ ਫਿਲਮਿਸਤਾਨ ਕੋਲ ਪਹੁੰਚੇ, ਮੈਂ ਕਿਹਾ ਚੱਲ 3 ਘੰਟੇ ਪਿਕਚਰ ਵੇਖ ਲਈਏ। ਬਈ ਆਪਣੇ ਮਨ ਦੀ ਸੱਚਾਈ ਵਾਲੀ ਅੱਜ ਗੱਲ ਕਰ ਰਹੇ ਹਾਂ ਤੁਹਾਡੇ ਨਾਲ, ਕੋਈ ਜੋ ਸੱਚ ਉਸ ਟਾਈਮ ਬੀਤਿਆ। ਮੈਂ ਕਿਹਾ ਪਿਕਚਰ ਵੇਖ ਲਈਏ, ਫਿਰ ਮੈਂ ਕਿਹਾ ਗੈਰ ਹਾਜ਼ਰ ਹੋਏਗੀ ਜਿਹੜੀ ਸ਼ੀਟ ਆਏਗੀ ਅਤੇ ਉਹ ਵੀ ਪਕੜੇ ਜਾਵਾਂਗੇ, ਘਾਟਾ ਹੈ, ਫੇਲ ਹੋਏ ਕੁਝ ਤਾਂ ਹੋਏਗਾ। ਫਿਰ ਮਨ ਵਿੱਚ ਤਾਂ ਇਹ ਨਹੀਂ ਆਇਆ ਵਿਚਾਰ ਸੱਚ ਕਰਾਂ ਕਿ ਸਤਿਗੁਰਾਂ ਨੇ ਵੀ ਕੋਈ ਵਚਨ ਕੀਤਾ ਪਾਸ ਹੋਣਾ ਜੇ ਤਾਂ ਪੇਪਰ ਦੇ ਆਓ। ਇਹ ਗੱਲਾਂ ਬਾਅਦ ਵਿੱਚ ਸਮਝ ਆਉਂਦੀਆਂ ਨੇ, ਉਸ ਟਾਈਮ ਨਹੀਂ ਸਮਝ ਆਈਆਂ। ਅਸੀਂ ਪੇਪਰ ਦੇਣ ਚਲੇ ਗਏ, ਪੇਪਰ ਦੇਣ ਚਲੇ ਗਏ, ਜੋ ਆਉਂਦਾ ਸੀ ਲਿਖ ਆਏ। ਹੁਣ ਰਿਜ਼ਲਟ ਆਇਆ, ਕਹਿੰਦਾ ਰਿਜ਼ਲਟ ਵੇਖਣੇ ਚੱਲੀਏ। ਮੈਂ ਕਿਹਾ ਰਿਜ਼ਲਟ ਕੀ ਵੇਖਣੇ ਜਾਣਾ, ਰਿਜ਼ਲਟ ਤਾਂ ਤੁਹਾਨੂੰ ਵੀ ਪਤਾ ਅਤੇ ਮੈਨੂੰ ਵੀ ਪਤਾ। ਅਤੇ ਗੁਰੂ ਮਹਾਰਾਜ ਨੇ ਐਸੀ ਕਿਰਪਾ ਕੀਤੀ, ਰਿਜ਼ਲਟ ਵੇਖਣੇ ਗਏ ਅਤੇ ਦੋਨੋਂ ਹੀ ਅਸੀਂ ਪਾਸ ਸਨ, ਦੋਨੇ ਹੀ ਪਾਸ। ਅਤੇ ਸਤਿਗੁਰਾਂ ਨੇ ਵਚਨ ਕਰ ਦਿੱਤਾ ਪਾਸ ਹੋਣਾ ਜੇ ਅਤੇ ਪਰਚੀਆਂ ਕੱਢ ਜਾਣ। ਅਤੇ ਇਹ ਤਾਂ ਆਪ ਬੀਤੀਆਂ ਨੇ,
लेकिन उस टाइम कदर नहीं की इन्हां चीज़ां दी, समझ नहीं पाए कि सच ही जीवन सच्चे पातशाह ने कहा जीवन सच दाई है तो सच ते ही चलिए। तो गुरु कोलों ये बख्शिशां ये किरपा ये जड़ी है ना सच नाल गुरु महाराज सानू जोड़ना चाहता सी। ये जड़ी संगत मिली ना सानू सच करके मिली कि असी अपने बच्चों नू अपनी विरासत की दे के जाना है, धन दौलत तो देनी है नाल असी जड़े उन्होंने संस्कार देने ने वो भी चंगे देने ने कि आने वाली जड़िया साड़िया जनरेशनस ने पुश्ता ने उन्हों का भला हो जाए। सतगुरों को यह बख्शिश लैन आया, ये अपने तक सीमित नहीं है कि अज मेरा काम हो जाए, ये मंगो कि साड़िया आने वाली जड़िया जनरेशन ने वो भी सुखी रहन, क्योंकि मंगने जाच नहीं ना, वो माई ने मंगी सी ना जिदे घर औलाद नहीं सी, सोने की मदानी होवे नू मेरी रिकदी होवे वेड़े विच पोतरा खेड़दा होवे, कहिंदे नसीब विच बच्चा नहीं ये तो पोतरे तक मंग लिते ने, सोने की मदानी मंग लेती, हुण सोने की मदानी किस कोल होएगी, लकड़ दियां मदानियां चलदियां सन पले जमाने, तो उस टाइम सोने की मदानी मंग लेती, तो कहती है दुध पई रिड़का भाई कमी ना रही खाण पीण की, सोने की मदानी होवे तो पोतरा मेरा, पुत्र नहीं आख्या पोतरा मेरा खेड़दा होवे तो पुत्र होएगा तो पोतरा आएगा, तो कितनिया बरकतां मंग लेतियां, सानू मंगने की जाच नहीं, सानू भी ऐसी जाच सतगुरु जी आप दसन कि सानू मंगना भी नहीं आता। उन्हें तो त्रै पुश्तां अपनियां सवार लीतियां, तो सानू भी ये होए गुरु महाराज कृपा करे कि साड़ियां पुश्तां भी तर जावन गुरु चरणां नाल जुड़ के जो सतगुरां ने सानू दिता है, ये बख्शिशां ये रहमतां ये कृपा कितने दा ठीक होए हो, इत्थे बैठे हो सारे, वल बीमारियां भी सारियां ते आईयां ने, रोजगार भी सारियां ने वेखे ने, पढ़ाइया भी सारिया ने वेखिया ने, सब तो गुरु महाराज ने हर पासो कृपा की है, तो फिर असी उस मालक का शुकराना क्यों नहीं करते, इन्हीं कहोंगे एहसान मंदा शुकराना करिए उस मालक का, किस गल का जे उन्हों की कृपा साढ़े ते सदा वरसती रवे, तो उस मालक नू अपने चेते च रखिए, सिर्फ अरदासा तक ना रह जाए गुरु कि अरदास करिए तो याद आवे ना लै लीए, तो अरदास भावें कह देने अठे पैर सिमरन होवे, उपर तक गुरु महाराज कृपा करे अठे पैर जिन्हों कहने होवे, जे वह श्वास श्वास सिमरिया जाए उन्होंने असी कड़ी वास्ते भी ना एक क्षण वास्ते भी ना कहने भुलीए सतगुरां नू, ते इंज महसूस होवे कि गुरु मेरे सदा मेरे अंग संग है, तो गुरु कोलों यह बख्शिशां वो सतगुरां दा यह मौका जो बनाया ये उन्हां दी कृपा है वह जानते हैं। मैं तो पहले भी कह रहा एक करोना वरोना तो एक बहाना है, पता नहीं कैड़ी बिपता आनी सी, पता नहीं संगतां ने किस तरह आना सी, किस दा किस तरह, यह नहीं होंदा किसी एक दे बचाओ वास्ते भी हो सकता, इतना गुरु महाराज ने एक नूं बचाण वास्ते भी ये इसे जवान दिता कि संगत कोई किधरों आवे ही ना, गुरु महाराज के दर से असी सारे झोलियां भरन वास्ते आने हाँ, तो गुरु अपने तो कोई गल नहीं लैंदा, तो सतगुरां ने जिहड़ी खेड रची है इहदा पता चलेगा कुछ समा पा के, गल्लां सामने होणगियां जिहड़ियां सानू अज प्रगट नहीं हो रही, लेकिन गुरु महाराज का कोटान कोटान धन्यवाद करिए कि जिहड़ी उन्होंने अपनी गोद बख्श दित्ती, तो असी उन्होंने जस गा रहे हाँ, तो ये बख्शिशा जो तक जीवन है बनिया रवन, तो गुरु दी जस गाते रहिए, तो उन्होंने निकटता सदा सानू कदे इस तरह महसूस ही नहीं होगा कि गुरु गुरु मेरा मेरे तो दूर है,
ਉਹਨੂੰ ਪ੍ਰਤੱਖ ਕਰਕੇ ਜਾਣੀਏ ਕਿ ਗੁਰੂ ਮੇਰੇ ਸਦਾ ਅੰਗ ਸੰਗ ਹੈ, ਗੁਰੂ ਕੋਲੋਂ ਇਹ ਬਖਸ਼ਿਸ਼ਾਂ ਮੰਗਣੀਆਂ ਨੇ। ਕਿਉਂਕਿ ਸਮੇਂ ਅਨੁਸਾਰ ਬਤਰਾਈ ਨੇ ਕਿਹਾ ਸੀ, ਲੇਕਿਨ ਫਿਰ ਵੀ ਪਿਆਰ ਅੰਦਰ ਥੋੜ੍ਹਾ ਅੱਗੇ ਹੋ ਜਾਂਦਾ ਹੈ। ਲੇਕਿਨ ਅਗਰ ਪੂਰੇ ਸਮੇਂ ਨੂੰ ਵੇਖੀਏ ਤਾਂ ਟਾਈਮ ਤਾਂ ਬਹੁਤ ਜਲਦੀ ਹੈਗਾ, ਲੇਕਿਨ ਸ਼ਾਮ ਦਾ ਵੀ ਇੱਕ ਦੀਵਾਨ ਦਿੱਲੀ ਰੱਖਿਆ ਹੈ, ਰਾਤੀ ਉੱਥੇ ਵੀ ਰਹਿਣ ਸਵਾਈ ਦਾ ਪ੍ਰੋਗਰਾਮ ਚੱਲਣਾ ਹੈ। ਦਿਨੇ ਇੱਥੇ ਹੋ ਗਿਆ, ਉੱਥੇ ਰਹਿਣ ਸਵਾਈ ਚੱਲੇਗੀ। ਕੱਲ੍ਹ ਅੰਮ੍ਰਿਤ ਵੇਲੇ 5 ਵਜੇ ਪਾਠ ਦਾ ਭੋਗ ਪਏਗਾ, ਜੇ ਸਾਰੀ ਸਮਾਪਤੀ 5:30 ਵਜੇ ਤੱਕ ਹੋ ਜਾਏ, ਜੇ 6:30 ਵਜੇ ਤੱਕ ਸਾਰੀ ਸੰਗਤ ਆਪਣੇ ਘਰ ਪੁੱਜੇ, ਕਿਉਂਕਿ 7 ਵਜੇ ਜੋ ਸਰਕਾਰੀ ਫਰਮਾਨ ਹੈ ਉਹਦਾ ਵੀ ਪਾਲਣਾ ਹੋਣੀ ਚਾਹੀਦੀ ਹੈ। ਦੇਸ਼ ਦਾ ਪ੍ਰਧਾਨ ਮੰਤਰੀ ਕੋਈ ਆਸ ਲਾ ਕੇ ਬੈਠੇ ਆਪਣੀ ਜਨਤਾ ਤੋਂ, ਤਾਂ ਉਹਨੂੰ ਵੀ ਮੰਨਣਾ ਚਾਹੀਦਾ ਹੈ। ਪਾਰਟੀ ਨੂੰ ਨਹੀਂ ਅਸੀਂ ਕਹਿ ਰਹੇ, ਪ੍ਰਧਾਨ ਮੰਤਰੀ ਜਿਹੜਾ ਉਹ ਪਾਰਟੀ ਦਾ ਬੰਦਾ ਨਹੀਂ ਹੈ, ਭਾਵੇਂ ਦੁਨੀਆ ਵਾਸਤੇ ਬਿਲੋਂਗ ਕਰਦਾ, ਰਾਸ਼ਟਰ ਤਾਂ ਸਾਡੇ ਉਹ ਵੀ ਵੱਡਾ। ਅਤੇ ਕੋਈ ਕਹਿੰਦਾ ਹੈ ਤਾਂ ਰਾਸ਼ਟਰ ਹਿੱਤ 'ਚ ਕੋਈ ਵੀ ਕੰਮ ਹੋਵੇ ਉਹ ਜ਼ਰੂਰ ਕਰਨਾ ਚਾਹੀਦਾ ਹੈ। ਗੁਰੂ ਕਿਰਪਾ ਕਰੇ, ਇਤਨੀ ਇੱਕ ਹਾਜ਼ਰੀ ਪ੍ਰਵਾਨ ਕਰੇ। ਇਹ ਸਾਖੀਆਂ 'ਤੇ ਇਹ ਬਹਾਨਾ, ਇਹ ਤਾਂ ਯਤਨ ਕਰਾਂਗੇ ਕਿ ਜੋੜ ਮੇਲੇ ਬਣਦੇ ਰਹਨ, ਅਤੇ ਇਸ ਤਰ੍ਹਾਂ ਹੀ ਸਾਡੀ ਇਕੱਤਰਤਾ ਹੁੰਦੀ ਰਹੇ, ਬਖਸ਼ਿਸ਼ਾਂ ਸਤਿਗੁਰਾਂ ਕੋਲੋਂ ਲੈਂਦੇ ਰਹੀਏ, ਗੁਰਪੁਰਬ ਵੀ ਮਨਾਉਂਦੇ ਰਹੀਏ, ਵਿੱਚ ਵਿੱਚ ਵੀ ਇਹੋ ਜਿਹੀਆਂ ਸਤਿਗੁਰਾਂ ਕੋਲੋਂ ਬਖਸ਼ਿਸ਼ਾਂ ਮੰਗਾਂਗੇ ਕਿ ਭੰਡਾਰੇ ਆਪ ਖੋਲ੍ਹਦੇ ਰਹੋ, ਸੰਗਤਾਂ ਆਪਦੀਆਂ ਮੌਜਾਂ ਮਾਣਦੀਆਂ ਰਹਨ, ਬਖਸ਼ਿਸ਼ਾਂ ਆਪ ਤੋਂ ਲੈਂਦੀਆਂ ਰਹਨ। ਇਤਨੀ ਕਿਰਪਾ ਸਤਿਗੁਰਾਂ ਕੋਲੋਂ ਮੰਗਣੀ ਹੈ। ਇਤਨਾ ਹੀ ਕਹਿੰਦੇ ਇੱਥੇ ਸੰਕੋਚ ਹੈ, ਧੰਨ ਧੰਨ ਸਤਿਗੁਰੂ ਭਗਵਾਨ ਦਾ ਸਾਹਿਬ, ਧੰਨ ਧੰਨ ਸਤਿਗੁਰੂ ਸੇਵਾ ਰਾਮ ਸਾਹਿਬ ਜੀ ਦੀ, ਧੰਨ ਸਾਹਿਬ ਸੰਤ ਮਾਤਾ ਜੀ ਵੱਲੋਂ ਜੋ ਅਨਮੋਲ ਬਚਨ ਅਸਾਂ ਸਰਵਣ ਕੀਤੇ, ਜੋ ਹੜ ਬੀਤੀ ਸਾਖੀ ਬਚਪਨ ਦਾ ਆਪਣਾ ਜ਼ਿਕਰ ਸੁਣਾਇਆ, ਸਤਿਗੁਰਾਂ ਦੇ ਜੋ ਬਚਨ ਹਨ ਇਹ ਸਿਰਫ ਸਾਹਿਬ ਮਹਾਰਾਜ ਜੀ ਨੇ ਜ਼ਿਕਰ ਕੀਤਾ ਨਾ, ਇਹ ਸੰਦੇਸ਼ ਹੈ ਸਾਰਿਆਂ ਦੇ ਲਈ, ਆਉਣ ਵਾਲੀ ਪੀੜ੍ਹੀ ਦੇ ਲਈ। ਜੋ ਐਗਜ਼ਾਮ ਦਿੰਦੇ ਹਨ ਤਾਂ ਕੋਈ ਐਸਾ ਕੰਮ ਨਾ ਕਰੀਏ, ਸੱਚ ਨੂੰ ਸਮਝਦੇ ਹੋਇਆਂ ਸੱਚ ਦੇ ਅਨੁਸਾਰ ਜੀਵਨ ਜੀਵੀਏ, ਤਾਂ ਫਿਰ ਸਤਿਗੁਰਾਂ ਨੇ ਕਾਰਜ ਆਪ ਸਵਾਰਨੇ ਹਨ। ਧੰਨਵਾਦੀ ਹਾਂ ਸਾਹਿਬ ਮਹਾਰਾਜ ਜੀ ਦੇ ਜੋ ਬਥੇਰੇ ਹੀ ਰੁਝੇਵੇਂ ਦਿੱਲੀ ਦੀਆਂ ਸੰਗਤਾਂ ਦੇ ਉੱਧਰ ਵੀ ਬਹੁਤ ਸਨ, ਲੇਕਿਨ ਅਰਜ਼ ਪ੍ਰਵਾਨ ਕੀਤੀ ਸਤਿਗੁਰਾਂ ਨੇ, ਬਖਸ਼ਿਸ਼ ਕੀਤੀ, ਹਾਫੜ ਦਰਸ਼ਨ ਦਿੱਤੇ, ਰਾਤ ਨੂੰ ਵੀ ਕਿਰਪਾ ਹੋਈ, ਹੁਣ ਵੀ ਕਿਰਪਾ ਹੋ ਰਹੀ ਹੈ। ਅਤੇ ਸੱਚ ਪੁੱਛੋ ਸਾਡਾ ਸੰਗਤ ਦਾ ਮਨ ਵੀ ਤਾਂ ਹੀ ਟਿਕਦਾ ਹੈ ਜੋ ਗੁਰੂ ਸਾਡੇ ਵਿੱਚ ਹੋਵੇ। ਭਾਵੇਂ ਅਸੀਂ ਆਪਣੀਆਂ ਬਿਰਤੀਆਂ ਬਣਾਉਂਦੇ ਹਾਂ ਅੰਤਰ ਧਿਆਨ ਹੋ ਕੇ, ਲੇਕਿਨ ਪ੍ਰਤੱਖ ਸਤਿਗੁਰੂ ਬੈਠੇ ਹੋਣ ਸਾਹਮਣੇ ਤਾਂ ਉਸਦਾ ਹੀ ਆਨੰਦ ਹੀ ਕੋਈ ਵੱਖਰਾ ਹੁੰਦਾ, ਜੋ ਆਪ ਜੀ ਨੇ ਮਹਿਸੂਸ ਕੀਤਾ ਹੋਣਾ ਰਾਤ ਨੂੰ ਵੀ ਅਤੇ ਹੁਣ ਵੀ। ਆਪ ਜੀ ਵੱਲੋਂ 52 ਪਾਠ ਆਏ ਹਨ, ਸਹਿਜ ਪਾਠ 51 ਸਰੀਰ ਸਟੇਜ 'ਤੇ ਆਉਣੇ ਹਨ, 2 ਵਾਰੀ ਪਾਣੇ ਹਨ, 25 ਸਰੀਰ ਸਟੇਜ 'ਤੇ ਆ ਜਾਣ, ਹੱਥ ਧੋ ਕੇ ਆਉਣ,